ਸੰਤਾਲਵੀਂ ਕਹਾਣੀ ਫਿਲਿੱਪੀ ਚ ਪੌਲੁਸ ਕਨੇ ਸਿਲਾਸ। ਜਾਲੂ ਸਾਹੁਲ ਹੈ ਸਾਰੇ ਰੋਮੀ ਸਾਮਰਾਜ ਦੀ ਯਾਤਰਾਏ ਕੀਤੀਆਂ ਤਾਂ ਤਿੰਨੀ ਆਪਣੇ ਰੋਮੀ ਨਾਏ ਪੌਲੁਸ ਦਾ ਇਸਤੇਮਾਲ ਕਰਨਾ ਸ਼ੁਰੂ ਕਰੀ ਦਿੱਤਾ। ਇੱਕ ਦਿਨ ਪੌਲੁਸ ਕਨੇ ਤਿਸਦਾ ਮਿੱਤਰ ਸਿਲਾਸ ਫਿਲਿੱਪੀ ਨਗਰੇ ਚ ਨਵਾਂ ਸੰਦੇਸ਼ ਸੁਣਾਉਣੇ ਤਾਈ ਗਏ। ਸ਼ਹਿਰ ਨਗਰੇ ਤੇ ਬਾਹਰ ਨਦੀਏ ਦੇ ਕੰਢੇ ਇੱਕ ਜਗ੍ਹਾ ਪਰ ਗਏ ਜਿੱਥੋਂ ਲੋਕ ਬੇਨਤੀ ਕਰਨੇ ਤਾਈ ਕਿੱਠੇ ਥੇ। ਉੱਥੋਂ ਸਹਿ ਲੁਧੀਆ ਨਾਏ ਦੀ ਇੱਕ ਜਨਾਸਾ ਨੇ ਮਿਲੇ ਜਿਹੜਾ ਇੱਕ ਵਪਾਰੀ ਸੀ। ਸਹਿ ਪਰਮਾਤਮਾ ਨੇ ਪਿਆਰ ਕਰਦੀ ਸੀ ਕਨੇ ਤਿਸਦੀ ਆਰਾਧਨਾ ਕਰਦੀ ਸੀ। ਪਰਮਾਤਮਾ ਲੁਧੀਆ ਜੋ ਈਸ਼ਵਰ ਦੇ ਬਾਰੇ ਚ ਸੰਦੇਸ਼ ਪਰ ਵਿਸ਼ਵਾਸ ਕਰਨੇ ਤਾਈ ਨਿਪੁੰਨ ਕੀਤਾ। ਪੌਲੁਸ ਕਨੇ ਸਿਲਾਸੈ ਤਿਸਾ ਜੋ ਕਨੇ ਤਿਸਾ ਦੇ ਟਵਰੇ ਜੋ ਬਤਿਸਮਾ ਦਿੱਤਾ। ਤਿੰਨੇ ਪੌਲੁਸ ਕਨੇ ਸਿਲਾਸ ਜੋ ਆਪਣੇ ਘਰ ਰੁਕਣੇ ਤਾਈ ਸਾਦਾ ਦਿੱਤਾ। ਇਸ ਤਾਈ ਸਹਿ ਉੱਥੋਂ ਰੁਕੀ ਗਏ। ਪੌਲੁਸ ਕਨੇ ਸਿਲਾਸ ਲੋਕਾਂ ਨੇ ਅਕਸਰ ਇਸਾ ਜਗ੍ਹਾ ਪਰ ਮਿਲਦੇ ਥੇ ਜਿੱਥੋਂ ਯਹੂਦੀ ਲੋਕ ਬੇਨਤੀ ਕਰਦੇ ਥੇ। ਹਰ ਦਿਨ ਜਾਲੂ ਸਹਿ ਉੱਥੋਂ ਜਾਂਦੇ ਥੇ। ਇੱਕ ਦਾਸੀ ਕੁੜੀ ਹੈ ਜੋ ਦੁਸ਼ਟਾਤਮਾ ਦੇ ਅਧੀਨ ਥੀ, ਤਿਨ੍ਹਾਂ ਦਾ ਪਿੱਛਾ ਕਰਦੀ ਥੀ। ਇਸਾ ਦੁਸ਼ਟਾਤਮਾ ਦੇ ਦੁਆਰਾ ਸਹਿ ਲੋਕਾਂ ਦਾ ਭਵਿਸ਼ ਦੱਸਾ ਕਰਦੀ ਥੀ। ਇਸ ਤਾਈ ਸਹਿ ਭਵਿਸ਼ ਦੱਸਣੇ ਵਾਲੀ ਦੇ ਰੂਪੇ ਚ ਆਪਣੇ ਸਵਾਮੀਏ ਤਾਈ ਬੜਾ ਪੈਸਾ ਕਮਾਇਆ ਕਰਦੀ ਥੀ। ਤਿਨ੍ਹਾਂ ਦੇ ਜਾਂਦੇ ਵਕਤ ਇਹ ਦਾਸੀ ਕੁੜੀ ਡੱਡਾ ਕਰਦੀ ਥੀ। ਇਹ ਮਾਣੂ ਪਰਮ ਪ੍ਰਧਾਨ ਪਰਮਾਤਮਾ ਦੇ ਸੇਵਕ ਹੈ। ਇਹ ਤੁਹਾਂ ਜੋ ਉਦਾਰ ਪਾਣੇ ਦਾ ਰਸਤਾ ਦੱਸਾ ਦੇ ਹਨ। ਸਹਿ ਹਰ ਦਿਨ ਇਹਦੇ ਕਰਦੀ ਥੀ ਜਿਸ ਤੇ ਪੌਲੁਸ ਨਾਰਾਜ਼ ਹੋਈ ਗਿਆ। ਅੰਤ ਚ ਇੱਕ ਦਿਨ ਜਾਲੂ ਤਿਸਾ ਦਾਸੀਆ ਕੁੜੀਆ ਡੱਡਣਾ ਸ਼ੁਰੂ ਕੀਤਾ ਤਾਂ ਪੌਲੁਸ ਹੈ ਤਿਸਾ ਇਹ ਤਰਫਾ ਮੁੜੀ ਕਰੀ ਤਿਸਾ ਦੇ ਅੰਦਰੇ ਦੀ ਦੁਸ਼ਟਾਤਮਾ ਨੇ ਗਲਾਇਆ, ਈਸ਼ਵਰ ਦੇ ਨਾਂ ਤੇ ਇਸਾ ਤੇ ਨਿਕਲੀ ਜਾ। ਤਿਸੀ ਵਕਤ ਤਿਸਾ ਦੁਸ਼ਟਾਤਮਾ ਤਿਸਾ ਤੇ ਛੱਡੀ ਦਿੱਤਾ। ਤਿਸਾ ਦਾਸੀਆ ਕੁੜੀਆ ਦੇ ਸਵਾਮੀ ਬੜੇ ਗੁੱਸੇ ਹੋਈ ਗਏ। ਤਿਨ੍ਹਾਂ ਜੋ ਪਤਾ ਲੱਗ ਗਿਆ ਕਿ ਬਗੈਰ ਦੁਸ਼ਟਾਤਮਾ ਸਹਿ ਦਾਸੀ ਕੁੜੀ ਲੋਕਾਂ ਜੋ ਭਵਿਸ਼ਯ ਨਹੀਂ ਦੱਸੀ ਸਕਦੀ ਸੀ। ਇਸਦਾ ਮਤਲਬ ਥਾ ਕਿ ਲੋਕ ਹੁਣ ਤਿਸਦੇ ਸਵਾਮੀਏ ਜੋ ਪੈਸਾ ਨਹੀਂ ਦਿੰਗੇ ਕਿ ਸਹਿ ਤਿਨ੍ਹਾਂ ਜੋ ਭਵਿਸ਼ਯ ਦੱਸੇ ਕਿ ਤਿਨ੍ਹਾਂ ਕੰਨੇ ਕਿਆ ਹੋਊਗਾ। ਇਸ ਤਾਈ ਤਿਸਾ ਦਾਸੀਆ ਕੁੜੀਏ ਦੇ ਸਵਾਮੀ ਪੌਲੁਸ ਕਨੇ ਸਿਲਾਸ ਜੋ ਰੋਮੀ ਹਕਮਾ ਹੱਲੀ ਲਈ ਗਏ। ਤਿਨ੍ਹਾਂ ਪੌਲੁਸ ਕਨੇ ਸਿਲਾਸ ਜੋ ਮਾਰਿਆ ਕਨੇ ਫਿਰੀ ਤਿਨ੍ਹਾਂ ਜੋ ਜੇਲਾ ਚ ਪਾਈ ਦਿੱਤਾ। ਤਿਨ੍ਹਾਂ ਪੌਲੁਸ ਕਨੇ ਸਿਲਾਸ ਜੋ ਜੇਲਾ ਦੇ ਇਹਦੇ ਹਿੱਸੇ ਚ ਰੱਖਿਆ ਜਿੱਥੋਂ ਸਾਰੇ ਤੇ ਜ਼ਿਆਦਾ ਸਿਪਾਹੀ ਥੇ। ਇੱਥੋਂ ਤਿਕਰ ਕਿ ਤਿਨ੍ਹਾਂ ਦੇ ਪੈਰਾਂ ਜੋ ਲੱਕੜੀਆਂ ਦੇ ਵੱਡੇ ਟੁਕੜਿਆਂ ਚ ਜੋੜੀ ਦਿੱਤਾ। ਪਰ ਪੌਲੁਸ ਕਨੇ ਸਿਲਾਸ ਅਧੀਆ ਰਾਤੀ ਦੇ ਵਕਤ ਪਰਮਾਤਮਾ ਦੀ ਆਰਾਧਨਾ ਦੇ ਗੀਤਾਂ ਗਾ ਦੇ ਥੇ। ਚਾਣਚੱਕ ਇੱਕ ਡਰਾਵਨਾ ਹਿੱਲਣ ਹੋਇਆ, ਜੇਲਾ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ ਕਨੇ ਸਾਰੀਆਂ ਕੈਦੀਆਂ ਦੇ ਸੰਗਲ ਖੁੱਲ੍ਹੀ ਕਰੀ ਪਈ ਗਏ। ਤਾਲੂ ਜੇਲਰ ਜਾਗੀ ਗਿਆ, ਤਿੰਨੀ ਦੇਖਿਆ ਕਿ ਜੇਲਾ ਦੇ ਦਰਵਾਜ਼ੇ ਖੁੱਲ੍ਹੇ ਥੇ। ਤਿੰਨੀ ਸੋਚਿਆ ਕਿ ਸਾਰੇ ਕੈਦੀ ਬਚ ਕਰੀ ਨਸੀ ਗਏ। ਸਹਿ ਡਰੀ ਗਿਆ ਕਿ ਤਿਨ੍ਹਾਂ ਦੇ ਨਸੀ ਜਾਣੇ ਦੇ ਕਾਰਨ ਰੋਮੀ ਹਾਕਮ ਤੁਸੀਂ ਮਾਰੀ ਦਿੰਗੇ। ਇਸ ਤਾਈ ਸਹਿ ਆਪੂ ਜੋ ਮਾਰਨੇ ਤਾਈ ਤਿਆਰ ਹੋ ਗਿਆ। ਅਪਰ ਪੌਲੁਸ ਤੁਸੀਂ ਦੇਖੀ ਕਰੀ ਡੱਡਿਆ, ਰੁਕੀ ਜਾ, ਆਪੂ ਜੋ ਨੁਕਸਾਨ ਮਤ ਪਜਾ, ਆਹ ਸਾਰੇ ਇੱਥੋਂ ਹੀ ਹਨ। ਤਿਸ ਜੇਲਰ ਹੈ ਕੰਬਦੇ ਹੋਏ ਪੌਲੁਸ ਕਨੇ ਸਿਲਾਸੇ ਵਾਲੀ ਆਈ ਕਰੀ ਪੁੱਛਿਆ, ਉਦਾਰ ਪਾਣੇ ਤਾਈ ਮੈਂ ਕਿਆ ਕਰੈ? ਪੌਲੁਸ ਨੇ ਜਵਾਬ ਦਿੱਤਾ, ਪ੍ਰਭੂ ਈਸ਼ਵਰ ਪਰ ਵਿਸ਼ਵਾਸ ਕਰ ਤਾਂ ਤੂੰ ਕਨੇ ਤੇਰਾ ਘਰਾਨਾ ਉਦਾਰ ਪਾਂਗਾ। ਤਾਲੂ ਸਹਿ ਜੇਲਰ ਪੌਲੁਸ ਕਨੇ ਸਿਲਾਸੇ ਜੋ ਆਪਣੇ ਘਰੇ ਜੋ ਲਈ ਗਿਆ ਕਨੇ ਤਿਨ੍ਹਾਂ ਦੇ ਜ਼ਖਮਾਂ ਜੋ ਧੋਤਿਆ। ਪੌਲੁਸ ਤਿਸਦੇ ਘਰੇ ਦੇ ਸਾਰਿਆਂ ਲੋਕਾਂ ਜੋ
ਯਿਸੂ ਦੇ ਬਾਰੇ 'ਚ ਨਵਾਂ ਸੰਦੇਸ਼ ਸੁਣਾਇਆ। ਜੇਲਰ ਕਨੇ ਇਸਦੇ ਸਾਰੇ ਟੱਬਰੇ ਯਿਸੂ ਪਰ ਵਿਸ਼ਵਾਸ ਕੀਤਾ। ਇਸ ਤਾਈਂ ਪੌਲੁਸ ਕਨੇ ਸਿਲਾਸ ਹੈ ਤਿਨਾਂ ਜੋ ਬਤਿਸਮਾ ਦਿੱਤਾ। ਤਾਲੂ ਜੇਲਰੇ ਪੌਲੁਸ ਕਨੇ ਸਿਲਾਸ ਜੋ ਖਾਣਾ ਖਵਾਇਆ ਕਨੇ ਸਹਿ ਸਾਰੇ ਖੁਸ਼ ਹੋਏ। ਅਗਲੇ ਦਿਨ ਨਗਰੇ ਦੇ ਆਗੂਆਂ ਪੌਲੁਸ ਕਨੇ ਸਿਲਾਸੇ ਜੋ ਜੇਲਾ ਤੇ ਆਜ਼ਾਦ ਕਰੀ ਦਿੱਤਾ ਕਨੇ ਫਿਲੀਪੀ ਤੇ ਚਲੀ ਜਾਣੇ ਤਾਈਂ ਗਲਾਇਆ। ਪੌਲੁਸ ਕਨੇ ਸਿਲਾਸ ਲੁਦੀਆ ਕਨੇ ਕੁਛ ਹੋਰਨਾਂ ਮਿੱਤਰਾਂ ਕਨੇ ਮਿਲੇ ਕਨੇ ਤਿਸਤੇ ਬਾਅਦ ਨਗਰੇ ਤੇ ਨਿਕਲੀ ਗਿਆ। ਯਿਸੂ ਦੇ ਬਾਰੇ 'ਚ ਨਵਾਂ ਸੰਦੇਸ਼ ਫੈਲਦਾ ਗਿਆ ਕਨੇ ਕਲੀਸੀਆ ਵੱਧਦੀ ਗਈ। ਪੌਲੁਸ ਕਨੇ ਹੋਰ ਮਸੀਹ ਅਗਵਾਂ ਬੜੇ ਨਗਰਾਂ ਦੀ ਯਾਤਰਾ ਕੀਤੀ। ਇਹਨਾਂ ਲੋਕਾਂ ਜੋ ਯਿਸੂ ਦੇ ਬਾਰੇ 'ਚ ਨਵਾਂ ਸੰਦੇਸ਼ ਸੁਣਾਇਆ। ਇਹਨਾਂ ਕਲੀਸੀਆ ਦੀਆਂ ਵਿਸ਼ਵਾਸੀਆਂ ਜੋ ਪ੍ਰੇਰਿਤ ਕਰਨੇ ਕਨੇ ਸਿੱਖਸਾ ਦੇਣੇ ਤਾਈਂ ਕਈ ਚਿੱਠੀਆਂ ਵੀ ਲਿਖੀਆਂ। ਇਹਨਾਂ 'ਚ ਕੁਝ ਚਿੱਠੀਆਂ ਬਾਈਬਲ ਦੀਆਂ ਕਿਤਾਬਾਂ ਬਣ ਗਈਆਂ।